13 ਦੀਆਂ 13 ਸੀਟਾਂ ਮਾਨ ਸਾਹਿਬ ਦੀ ਅਗਵਾਈ ਚ ਆਮ ਆਦਮੀ ਪਾਰਟੀ ਜਿੱਤੂ। ਦੇਖੋ ਬੀਜੇਪੀ ਦੀ ਤਾਂ ਗੱਲ ਹੈ, ਉਹ ਤਾਂ ਨਫ਼ਰਤ ਦੀ ਰਾਜਨੀਤੀ ਦੀ ਜਗ੍ਹਾ ਨਹੀਂ ਇੱਥੇ, ਫਿਰ ਉਹਨਾਂ ਨੂੰ ਕੈਂਡੀਡੇਟ ਵੀ ਪਹਿਲਾਂ ਨਹੀਂ ਮਿਲਿਆ, ਹੁਣ ਪਤਾ ਲੱਗਿਆ ਕੋਈ ਇੱਕ ਅੱਧਾ ਕੱਲ ਪਰਸੋਂ ਕੋਈ ਖੜਾ ਕੀਤਾ ਪਤਾ ਨਹੀਂ ਕੌਣ ਹੈ। ਕਾਂਗਰਸ ਦਾ ਭਗੌੜਾ ਹੋ ਹੀ ਗਿਆ, ਕਾਂਗਰਸ ਦੇ ਹਾਲਾਤ ਵੇਖੋ, ਕਪੂਰਥਲੇ ਤੋਂ ਭਗੌੜਾ ਖਹਿਰਾ ਸੰਗਰੂਰ ਪਹੁੰਚ ਗਿਆ, ਸੰਗਰੂਰ ਤੋਂ ਭਗੌੜਾ ਵਿਜੇਂਦਰ ਸਿੰਗਲਾ ਆਨੰਦਪੁਰ ਸਾਹਿਬ ਪਹੁੰਚ ਗਿਆ, ਬਠਿੰਡੇ ਤੋਂ ਭਗੌੜਾ ਰਾਜਾ ਵੜਿੰਗ ਲੁਧਿਆਣੇ ਪਹੁੰਚ ਗਿਆ, ਔਰ ਚਮਕੌਰ ਸਾਹਿਬ ਤੋਂ ਭਗੌੜਾ ਚੰਨੀ ਜਿਹੜਾ ਆ ਉਹ ਜਲੰਧਰ ਪਹੁੰਚ ਗਿਆ। ਕੰਗ ਸਾਹਿਬ, ਅੱਜ ਤੁਸੀਂ ਪਹੁੰਚੇ ਹੋ, ਮੱਥਾ ਟੇਕਿਆ, ਕਿਸ ਤਰ੍ਹਾਂ ਦਾ ਰੁਝਾਨ ਜਿਹੜਾ ਆ ਦੇਖਣ ਨੂੰ? ਦੇਖੋ ਰੁਝਾਨ ਤਾਂ ਤੁਸੀਂ ਸਾਰੇ ਪੰਜਾਬ 'ਚ ਘੁੰਮ ਲਓ, ਰੁਝਾਨ ਤਾਂ ਆਮ ਆਦਮੀ ਪਾਰਟੀ ਦੇ ਪ੍ਰਤੀ ਬੜਾ ਪੋਜ਼ਿਟਿਵ ਹੈ, ਔਰ ਬਹੁਤ ਉਹਦੇ ਬੁਨਿਆਦੀ ਕਾਰਨ ਹੈ, ਮਾਨ ਸਾਹਿਬ ਦੀ ਅਗਵਾਈ 'ਚ 2 ਸਾਲਾਂ ਦੀ ਸਰਕਾਰ ਨੇ ਉਮਦਾ ਤਰੀਕੇ ਨਾਲ ਕਿਸਾਨੀ, ਜਵਾਨੀ, ਮਜ਼ਦੂਰ, ਦੁਕਾਨਦਾਰ, ਕਾਰੋਬਾਰੀ ਹਰੇਕ ਦੀ ਬਿਹਤਰੀ ਲਈ ਕੰਮ ਕੀਤਾ ਹੈ। ਕੰਮ ਦੇ ਸਿਰ 'ਤੇ ਅਸੀਂ ਵੋਟ ਮੰਗ ਰਹੇ ਹਾਂ, ਔਰ ਲੋਕਾਂ ਨੇ ਮਨ ਬਣਾਇਆ ਹੋਇਆ ਕਿ ਦੇਸ਼ ਦੀ ਲੋਕਸ਼ਾਹੀ ਨੂੰ, ਸੰਵਿਧਾਨ ਨੂੰ ਬਚਾਉਣ ਲਈ ਔਰ ਮਾਨ ਸਾਹਿਬ ਦੀ 2 ਸਰਕਾਰ ਦੇ ਕੰਮਾਂ 'ਤੇ ਮੋਹਰ ਲਾਉਣ ਲਈ 13 ਦੀਆਂ 13 ਸੀਟਾਂ ਮਾਨ ਸਾਹਿਬ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਜਿੱਤੂ। ਆਪਣੇ ਪ੍ਰਤੀਨਿਧੀ ਨੂੰ ਕਿਸ ਤਰ੍ਹਾਂ ਵੇਖਦੇ ਹੋ, ਕਿਉਂਕਿ ਉਹਦਾ ਦੂਜੇ ਪਾਸੇ ਵੀ ਜਿਹੜਾ ਹੈਗਾ, ਜਿਹੜੇ ਤੁਹਾਡੇ ਕੈਂਡੀਡੇਟ ਨੇ ਦੂਜੇ ਓਪੋਜੀਸ਼ਨ ਦੇ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ, ਕਿਉਂਕਿ ਲਗਾਤਾਰ ਤੁਸੀਂ ਵੀ ਕੈਂਪੇਨ ਕਰ ਰਹੇ ਹੋ, ਉਹ ਵੀ ਹਾਲਾਂਕਿ ਲਗਾਤਾਰ ਆਪਸ ਦਾ ਉਹ ਚੱਲ ਰਿਹਾ, ਤੁਸੀਂ ਕਿਸ ਤਰ੍ਹਾਂ ਜਾ ਰਹੇ ਹੋ, ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ, ਤੁਸੀਂ ਜਨਤਾ ਦੇ ਵਿੱਚ ਜਾ ਰਹੇ ਹੋ? ਦੇਖੋ ਬੀਜੇਪੀ ਦੀ ਤਾਂ ਗੱਲ ਹੈ, ਉਹ ਤਾਂ ਨਫ਼ਰਤ ਦੀ ਰਾਜਨੀਤੀ ਦੀ ਜਗ੍ਹਾ ਨਹੀਂ ਇੱਥੇ, ਫਿਰ ਉਹਨਾਂ ਨੂੰ ਕੈਂਡੀਡੇਟ ਵੀ ਪਹਿਲਾਂ ਨਹੀਂ ਮਿਲਿਆ, ਹੁਣ ਪਤਾ ਲੱਗਿਆ ਕੋਈ ਇੱਕ ਅੱਧਾ ਕੱਲ ਪਰਸੋਂ ਕੋਈ ਖੜਾ ਕੀਤਾ ਪਤਾ ਨਹੀਂ ਕੌਣ ਹੈ। ਕਾਂਗਰਸ ਦਾ ਭਗੌੜਾ ਹੋ ਹੀ ਗਿਆ, ਕਾਂਗਰਸ ਦੇ ਹਾਲਾਤ ਵੇਖੋ, ਕਪੂਰਥਲੇ ਤੋਂ ਭਗੌੜਾ ਖਹਿਰਾ ਸੰਗਰੂਰ ਪਹੁੰਚ ਗਿਆ, ਸੰਗਰੂਰ ਤੋਂ ਭਗੌੜਾ ਵਿਜੇਂਦਰ ਸਿੰਗਲਾ ਆਨੰਦਪੁਰ ਸਾਹਿਬ ਪਹੁੰਚ ਗਿਆ, ਬਠਿੰਡੇ ਤੋਂ ਭਗੌੜਾ ਰਾਜਾ ਵੜਿੰਗ ਲੁਧਿਆਣੇ ਪਹੁੰਚ ਗਿਆ, ਔਰ ਚਮਕੌਰ ਸਾਹਿਬ ਤੋਂ ਭਗੌੜਾ ਚੰਨੀ ਜਿਹੜਾ ਆ ਉਹ ਜਲੰਧਰ ਪਹੁੰਚ ਗਿਆ। ਹਿਸਾਬ ਲਾ ਲਓ, ਜਿਹੜੇ ਲੋਕ ਆਪਣਾ ਏਰੀਆ ਛੱਡ ਛੱਡ ਕੇ ਭੱਜ ਰਹੇ ਆ, ਇਹਦਾ ਮਤਲਬ ਦਾਲ 'ਚ ਕਾਲਾ ਹੈ ਕਿ ਪੂਰੀ ਦਾਲ ਹੀ ਕਾਲੀ ਹੈ। ਰਿਹਾ ਬਾਦਲ ਕੇ ਟੱਬਰ 'ਚੋਂ ਜਿਹੜਾ ਖੜਾ, ਇਹ ਟੱਬਰਾਂ ਦੀ ਰਾਜਨੀਤੀ ਜਿਹੜੀ, ਇਹ ਚੱਲੇ ਹੋਏ ਕਾਰਤੂਸ ਹੈ, ਪੰਥ ਦੋਖੀ ਹੈ। ਚੰਦੂ ਮਾਜਰੇ ਹੋਣੇ ਸਾਰੇ ਉਹ ਗੁਨਾਹਗਾਰ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਉਣ ਵਾਲੇ ਨੂੰ ਪੈਟਰੋਨੇਸ ਕੀਤਾ, ਪੀਸਫੁਲੀ ਪ੍ਰੋਟੈਸਟ ਕਰਨ ਵਾਲੇ ਜਿਹੜੀ ਸੰਗਤ 'ਤੇ ਗੋਲੀਆਂ ਚਲਾ ਕੇ ਸ਼ਹੀਦ ਕੀਤਾ, ਪਰ ਇਹਨਾਂ ਨੇ ਹਮੇਸ਼ਾ ਜਿਹੜੇ ਪੰਜਾਬ ਦੇ ਵਿਰੋਧੀ ਹੈ, ਐਂਟੀ ਪੰਜਾਬ ਫੋਰਸਿਸ ਹੈ, ਉਹਨਾਂ ਦੀ ਵਕਾਲਤ ਕੀਤੀ ਆ, ਔਰ ਇਹਨਾਂ ਨੇ ਬਤੌਰ MP ਕੋਈ ਕੰਮ ਨਹੀਂ ਕੀਤਾ, ਇਸ ਕਰਕੇ ਇਹਨਾਂ ਨੂੰ ਕੋਈ ਮੂੰਹ ਲਾਉਣ ਲਈ ਤਿਆਰ ਨਹੀਂ ਆ। ਹੁਣ ਜ਼ਮਾਨਾ ਬਦਲ ਗਿਆ। ਰੋਡ ਮੈਪ ਕੀ ਰਹਿਣ ਵਾਲਾ ਅੱਜ, ਇੱਥੋਂ ਅਰਦਾਸ ਕਰਵਾ ਕੇ ਤੁਸੀਂ ਕੀਤਾ? ਅੱਜ ਅਸੀਂ ਇੱਥੋਂ, ਮੇਰੇ ਨਾਲ ਸਤਿਕਾਰਯੋਗ ਸਾਡੇ MLA ਮੋਹਾਲੀ ਤੋਂ ਕੁਲਵੰਤ ਜੀ, ਜ਼ਿਲ੍ਹਾ ਪ੍ਰਧਾਨ ਜੀ ਮੈਡਮ ਵੀ ਪ੍ਰਭਜੋਤ ਜੀ ਵੀ ਨਾਲ ਹੈ, ਸਾਰੀ ਪਾਰਟੀ ਦੀ ਲੀਡਰਸ਼ਿਪ ਮੋਹਾਲੀ ਦੀ। ਫਿਰ ਇਸ ਤੋਂ ਬਾਅਦ ਅਸੀਂ ਖਰੜ ਹੋ ਕੇ ਕੁਰਾਲੀ ਬਾਲਾ ਜੀ ਮੰਦਰ ਮੱਥਾ ਟੇਕ ਕੇ ਨਤਮਸਤ ਹੋ ਕੇ, ਉਸ ਤੋਂ ਬਾਅਦ ਸੋਲਖੀਆਂ ਗੁਰਦੁਆਰਾ ਸਾਹਿਬ ਨਤਮਸਤਕ ਹੋਵਾਂਗੇ। ਰੋਪੜ ਜਾ ਕੇ ਸਾਡੇ 9 ਦੇ 9 ਹਲਕਿਆਂ ਦੇ ਬਾਕੀ ਜਿਹੜੇ ਰੋਪੜ, ਆਨੰਦਪੁਰ ਸਾਹਿਬ, ਬਲਗੜ੍ਹ ਸ਼ੰਕਰ, ਬਲਾਚੌਰ, ਬੰਗਾ, ਨਵਾਂਸ਼ਹਿਰ, ਚਮਕੌਰ ਸਾਹਿਬ, ਰੋਪੜ, ਸਾਰੇ ਸਾਡੇ MLA ਸਾਹਿਬਾਨ ਔਰ ਹਲਕਾ ਇੰਚਾਰਜ ਉੱਥੇ ਮਿਲ ਕੇ ਅਸੀਂ ਆਪਣੇ ਨੋਮੀਨੇਸ਼ਨ ਫਾਰਮ ਜਿਹੜੇ ਆ ਇੱਕ ਪੈਦਲ ਮਾਰਚ ਲੈ ਕੇ ਮਹਾਰਾਜ ਰਣਜੀਤ ਸਿੰਘ ਪਾਰਕ ਤੋਂ ਔਰ ਫਾਈਲ ਕਰਾਂ। ਕੁਲਵੰਤ ਜੀ, ਇੱਕ ਆਖਰੀ ਸਵਾਲ ਹੈ, ਜਿੱਦਾਂ ਸਰ ਨੇ ਵੀ ਕਿਹਾ, ਕਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਇਸ ਵਾਰ ਇਲੈਕਸ਼ਨ ਜਿਹੜਾ ਹੈਗੇ, ਟੱਕਰ ਬਹੁਤ ਜ਼ਿਆਦਾ, ਅਲੱਗ ਅਲੱਗ ਪਾਰਟੀਆਂ, ਹਾਲਾਂਕਿ ਬਹੁਤ ਜ਼ਿਆਦਾ ਤੁਸੀਂ ਵੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ? ਦੇਖੋ, ਹਾਲਾਤ ਜੋ ਮਰਜ਼ੀ ਰਹੇ ਹੋ, ਪੜ ਰਹੇ ਹੋਣ, ਲੇਕਿਨ ਇੱਕ ਗੱਲ ਪੱਕੀ ਹੈ ਵੀ ਆਮ ਆਦਮੀ ਪਾਰਟੀ ਦੀ ਆ ਜਿਹੜੀ ਆ ਜੀ, ਉਹ 13 ਦੀਆਂ 13 ਸੀਟਾਂ ਜਿੱਤੂਗੀ। 2 ਸਾਲ ਸਵਾ 2 ਸਾਲ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤਾ, ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜੋ ਕੰਮ ਕੀਤੇ ਨੇ, ਔਰ ਜਿੱਦਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਆ, ਉਹਦੇ ਮੁਤਾਬਕ ਮੈਨੂੰ ਇਹ ਲੱਗਦਾ ਵੀ ਲੋਕਾਂ ਨੇ ਮਨ ਬਣਾ ਲਿਆ ਵੀ ਆਮ ਆਦਮੀ ਪਾਰਟੀ ਨੂੰ ਹੀ 13 ਦੀਆਂ 13 ਸੀਟਾਂ ਜਿਤਾਉਣੀਆਂ, ਬੜੀ ਸ਼ਾਨ ਦੇ ਨਾਲ ਅਸੀਂ ਸਾਰੀਆਂ ਸੀਟਾਂ ਜਿੱਤ ਕੇ ਲੋਕ ਸਭਾ ਦੇ ਵਿੱਚ ਪ੍ਰਵੇਸ਼ ਕਰਾਂਗੇ।